ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਨਮਾਨਯੋਗ ਸਤਿਸੰਗ ਜੀਓ, ਜਿਵੇਂ ਕਿ ਗੁਰਬਾਣੀ ਦੇ ਅੰਦਰ 14 ਲੋਕਾਂ ਦਾ ਜ਼ਿਕਰ ਕੀਤਾ ਜਾਂਦਾ ਹੈਗਾ ਕਿ ਇੱਕ ਬ੍ਰਹਿਮੰਡ ਦੇ ਅੰਦਰ ਹੈ ਨਾ 14 ਲੋਕ ਜਿਨ੍ਹਾਂ ਦੀ ਖੋਜ ਦੇਵਤਿਆਂ ਨੇ ਆਪਣੇ ਸਮੇਂ ਸਮੇਂ ਦੇ ਵਿੱਚ ਕੀਤੀ ਆ, ਇਹਨਾਂ ਦਾ ਜ਼ਿਕਰ ਜਿਹੜਾ ਹੈ ਨਾ ਆਮ ਤੌਰ 'ਤੇ ਮਿਲ ਜਾਂਦਾ ਹੈਗਾ। ਪਰ ਇਹਨਾਂ ਦੇ ਵਿੱਚੋਂ ਇੱਕ ਲੋਕ ਜਿਹੜਾ ਹੈ ਨਾ, ਜਿਹਨੂੰ ਅਸੀਂ ਜਮ ਲੋਕ ਕਹਿੰਦੇ ਹਾਂ, ਉਹਦਾ ਜੋ ਤਰਾਸ ਹੈ, ਡਰ ਹੈ, ਹਰੇਕ ਪ੍ਰਾਣੀ ਦੇ ਅੰਦਰ ਬਣਿਆ ਰਹਿੰਦਾ ਹੈਗਾ। ਖਾਸ ਕਰਕੇ ਉਹ ਪ੍ਰਾਣੀ ਜਿਹੜੇ ਨਾਮ ਤੋਂ, ਵਾਹਿਗੁਰੂ ਦੇ ਸਿਮਰਨ ਤੋਂ ਟੁੱਟੇ ਹੁੰਦੇ ਆ ਅਤੇ ਸੱਖਣੇ ਹੁੰਦੇ ਆ, ਉਹਨਾਂ ਦੇ ਮਨ ਦੀ ਜੋ ਧਾਰਨਾ ਜਿਹੜੀ ਹੈ ਨਾ, ਮਜਬੂਰੀ ਦੇ ਵਿੱਚ ਇਹ ਬਣ ਜਾਂਦੀ ਆ ਕਿ ਇਹ ਜੱਗ ਮਿੱਠਾ, ਅਗਲਾ ਕਿੰਨੇ ਡਿੱਠਾ। ਪਰ ਅਸਲ ਦੇ ਵਿੱਚ ਉਹ ਕਹਿਣ ਨੂੰ ਤਾਂ ਜੋ ਮਰਜ਼ੀ ਕਹੀ ਜਾਣ, ਪਰ ਇਹ ਜਿਹੜਾ ਡਰ ਵਾ ਨਾ, ਉਹਨਾਂ ਦੇ ਅੰਦਰ ਕਿਸੇ ਨਾ ਕਿਸੇ ਸ਼ਕਲ ਦੇ ਵਿੱਚ ਛੁਪਿਆ ਰਹਿੰਦਾ ਹੈਗਾ। ਪਰ ਕਿਉਂਕਿ ਗੁਰਬਾਣੀ ਜਿਹੜੀ ਹੈ ਉਹ ਆਦਿ ਕਾਲ ਤੋਂ ਜਿਹੜੀ ਹੈ ਉਹ ਸੱਤ ਹੈ, ਤਾਂ ਇਸ ਕਰਕੇ ਜੋ ਵੀ ਗੁਰਬਾਣੀ ਵਿੱਚ ਅਨੇਕਾਂ ਸ਼ਬਦ ਇਹਨਾਂ ਜਾਣੀ ਜਮਦੂਤ, ਜੋ ਇੱਕ ਬਹੁਤ ਵੱਡੀ ਅਕਾਲ ਪੁਰਖ ਦੀ ਪੁਲਿਸ ਹੈਗੀ ਹੈ ਨਾ, ਜਿਹੜੀ ਇਸ ਪ੍ਰਾਣੀ ਨੂੰ ਉਸ ਜਮ ਲੋਕ ਦੇ ਵਿੱਚ ਡੰਡ ਦਿੰਦੀ ਹੈ, ਉਹਨਾਂ ਬਾਰੇ ਅਨੇਕ ਤਰ੍ਹਾਂ ਦੇ ਸ਼ਬਦ ਗੁਰਬਾਣੀ ਵਿੱਚ ਦਰਜ ਜਿਹੜੇ ਹੈਗੇ ਆਪਾਂ ਰੋਜ਼ ਪੜ੍ਹਦੇ ਹਾਂ। ਸੋ ਇਸੇ ਕਰਕੇ ਮਨੁੱਖ ਨੂੰ ਇਹ ਡਰ ਅੰਦਰ ਜਿਹੜਾ ਹੈ ਨਾ ਬੈਠ ਜਾਵੇ ਕਿ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵਾਹਿਗੁਰੂ ਦੇ ਨਾਮ ਸਿਮਰਨ ਦੇ ਨਾਲ ਜੁੜ ਸਕੇ। ਅਗਰ ਉਹ ਜੁੜ ਜਾਂਦਾ ਹੈਗਾ ਤਾਂ ਫਿਰ ਇਹ ਜਿਹੜਾ ਹੈ ਨਾ ਜਮ ਲੋਕ ਦਾ ਮਾਰਗ ਹੈ ਉਹਦੇ ਲਈ ਬੰਦ ਹੋ ਜਾਂਦਾ ਹੈਗਾ, ਅਤੇ ਉਹਦੇ ਲਈ ਫਿਰ ਦੂਸਰੇ ਮਾਰਗ ਖੁੱਲ੍ਹ ਜਾਂਦੇ ਆ। ਪਰ ਅਗਰ ਪ੍ਰਾਣੀ ਜਿਹੜਾ ਨਾ ਵਾਹਿਗੁਰੂ ਦੇ ਸਿਮਰਨ ਤੋਂ ਵਾਂਝਾ ਰਹਿ ਜਾਂਦਾ ਹੈਗਾ ਤਾਂ ਉਹਦੇ ਵਾਸਤੇ ਫਿਰ ਇਹ ਜਿਹੜਾ ਹੈ ਨਾ ਜਮ ਲੋਕ ਦਾ ਮਾਰਗ, ਇਹ ਤਾਂ ਸਿੱਧਾ ਹੀ ਉਹਨੂੰ ਮਿਲ ਜਾਂਦਾ ਹੈਗਾ। ਪਰ ਕਈ ਵਾਰ ਜਿਹੜੇ ਨਾ ਰੱਬ ਦੇ ਪਿਆਰੇ ਹੈ, ਜਿਵੇਂ ਰਾਜਾ ਜਨਕ ਜੀ ਹੋਏ ਆ, ਉਹਨਾਂ ਦੇ ਵੀ ਹਵਾਲੇ ਭਾਈ ਗੁਰਦਾਸ ਜੀ ਨੇ ਦਿੱਤੇ ਆ ਕਿ ਵੱਡਾ ਭਗਤ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਅਦਾਸੀ, ਦੇਵ ਲੋਕ ਨੂੰ ਚੱਲਿਆ, ਗੰਧਰਵ ਸਭਾ ਨਿਵਾਸੀ। ਪਰ ਨਾਲ ਕਹਿੰਦੇ ਜਮਪੁਰ ਗਿਆ ਪੁਕਾਰ ਸੁਣ, ਬਿਬਲਾਵਨ ਜੀ ਨਰਕ ਨਿਵਾਸੀ, ਧਰਮਰਾਜ ਨੂੰ ਆਖੀਆਂ ਸਭਨਾਂ ਦੀ ਕਰਬੰਧ ਖਲਾਸੀ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਜਮਪੁਰ ਇੱਕ ਐਸਾ ਲੋਕ ਹੈ ਜਿੱਥੇ ਇਹ ਜਿਹੜੇ ਵੀ ਸੰਸਾਰੀ ਲੋਕ ਨਾਮ ਤੋਂ ਟੁੱਟੇ ਹੁੰਦੇ ਆ, ਜੋ ਵਿਸ਼ੇ ਵਿਕਾਰਾਂ ਨੂੰ ਜਿਨ੍ਹਾਂ ਨੇ ਆਪਣੇ ਜੀਵਨ ਦਾ ਮੇਨ ਆਧਾਰ ਬਣਾ ਲਿਆ ਨਾ, ਉਸ ਲੋਕ ਦੇ ਵਿੱਚ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਹੈਗੀਆਂ। ਪਰ ਕਈ ਵਾਰ ਜਿਹੜਾ ਵਾਹਿਗੁਰੂ ਹੈਗਾ ਉਹ ਆਪਣੇ ਪਿਆਰਿਆਂ ਨੂੰ ਕੁਛ ਐਸੀ ਖੇਡ ਵੀ ਦਿਖਾ ਦਿੰਦਾ ਹੈ ਤਾਂ ਜੋ ਉਹਨਾਂ ਦੇ ਨਾਮ ਦੇ ਵਿੱਚ ਦ੍ਰਿੜਤਾ ਬਣ ਜਾਵੇ, ਉਹਨਾਂ ਦਾ ਨਾਮ ਦੇ ਵਿੱਚ ਕਮਾਈ ਦੇ ਵਿੱਚ ਹੋਰ ਵੀ ਜਿਹੜਾ ਹੈਗਾ ਉਹ ਚਿੱਤ ਭਜਨ ਕਰਨ ਨੂੰ ਲੱਗੇ, ਤਾਂ ਜੋ ਉਹਨਾਂ ਦੀ ਜਿਹੜੀ ਹੈ ਨਾ ਉਹ ਚੜ੍ਹਦੀ ਕਲਾ ਹੋ ਸਕੇ। ਪਰ ਕਿਉਂਕਿ ਇਹ ਜਿਹੜਾ ਜੋ ਵੀ ਕੁਛ ਹੈ ਨਾ, ਇਹ ਗੁਰਸਿੱਖ ਦੀ ਕਮਾਈ ਦੇ ਉੱਤੇ ਨਿਰਭਰ ਹੈ ਕਿ ਉਹ ਇਸ ਕਮਾਈ ਜਿਹੜੀ ਹੈ ਨਾਮ ਭਜਨ ਸਿਮਰ ਦੀ ਦੌਲਤ ਨੂੰ ਕਿੰਨਾ ਇਕੱਠਾ ਕਰਦਾ ਹੈ। ਜਿਉਂ ਜਿਉਂ ਉਹਦੇ ਅੰਦਰ ਹੈ ਨਾ ਨਾਮ ਭਜਨ ਸਿਮਰਨ ਦੀ ਦੌਲਤ ਇਕੱਠੀ ਹੁੰਦੀ ਜਾਵੇਗੀ ਅਤੇ ਉਹਦੀ ਚੜ੍ਹਤ ਜਿਹੜੀ ਹੈ ਨਾ ਉਹ ਵੱਧਦੀ ਜਾਏਗੀ, ਉਹਦੇ ਵਾਸਤੇ ਫਿਰ ਜਿਹੜਾ ਹੈ ਨਾ ਜਮ ਲੋਕ ਦਾ ਮਾਰਗ ਆ ਇਹ ਐਸਤਾ ਐਸਤਾ ਬੰਦ ਹੋ ਜਾਏਗਾ, ਅਤੇ ਉਹਦੇ ਵਾਸਤੇ ਫਿਰ ਨਵੇਂ ਲੋਕ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਆ, ਜੋ ਸੁੱਖਾਂ ਦੇ ਜਿਹੜੇ ਹੈਗੇ ਆ ਉਹ ਉਹਨਾਂ ਦੇ ਵਿੱਚ ਖਜ਼ਾਨੇ ਮੰਨੇ ਜਾਂਦੇ ਆ। ਪਰ ਜਮ ਲੋਕ ਖਾਸ ਕਰਕੇ ਇਹਦੇ ਵਿੱਚ ਜੋ ਦੁੱਖ ਆ ਇਸ ਜੀਵ ਪ੍ਰਾਣੀ ਨੂੰ ਦਿੱਤੇ ਜਾਂਦੇ ਆ, ਜਿਹਦੇ ਅਨੇਕਾਂ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਾਂ ਰੋਜ਼ ਇਹਨਾਂ ਦੇ ਦਰਸ਼ਨ ਕਰਦੇ ਹਾਂ। ਸੋ ਇਸ ਚੀਜ਼ ਦਾ ਸਾਰਾ ਹੀ ਭੇਦ ਖੋਲਦੇ ਆ ਕਿ ਭਾਈ ਨਾਮ ਜਪੋ, ਨਾਮ ਜਪੋ, ਨਾਮ ਜਪੋ। ਜਿਹੜੇ ਨਾਮ ਨਹੀਂ ਜਪਦੇ ਹੈ ਨਾ, ਫਿਰ ਉਹਨਾਂ ਨੂੰ ਜਮ ਡੰਡ ਜਿਹੜਾ ਹੈਗਾ ਇਹ ਜ਼ਰੂਰ ਲੱਗ ਜਾਂਦਾ ਹੈ। ਸੋ ਜਮ ਡੰਡ ਜਿਹੜਾ ਐਸਾ ਹੈ ਨਾ ਕਿ ਇਹ ਜਿਸ ਵੀ ਪ੍ਰਾਣੀ ਨੂੰ ਲੱਗਦਾ ਹੈ ਨਾ, ਫਿਰ ਉਸ ਦੀ ਇੱਕ ਵੀ ਮਾਰ ਨੂੰ ਸਹਿ ਨਹੀਂ ਸਕਦਾ। ਸੋ ਆਓ ਅੱਜ ਆਪਾਂ ਪਿਛਲੇ ਸਮੇਂ ਦੇ ਅਗਰ ਥੋੜ੍ਹਾ ਜਿਹਾ ਨਜ਼ਰ ਮਾਰਦੇ ਹਾਂ ਤਾਂ ਅਸੀਂ ਬਹੁਤ ਸਾਰੀਆਂ ਜਿਹੜੀਆਂ ਹੈ ਨਾ ਗੱਲਾਂ ਖਾਸ ਕਰਕੇ ਪਿੰਡਾਂ ਦੇ ਵਿੱਚ ਹੀ ਸੁਣਦੇ ਹਾਂ ਕਿ ਫਲਾਨੇ ਆਦਮੀ ਨੇ ਜਿਹੜੇ ਜਮਦੂਤ ਜਿਹੜੇ ਸੀ ਉਹ ਲੈ ਗਏ ਸੀਗੇ ਮੁੜ ਕੇ, ਪਰ ਉਹਨੂੰ ਦੁਬਾਰਾ ਛੱਡ ਗਏ ਕਿਉਂਕਿ ਉਹਦੇ ਨਾਮ ਦਾ ਉਹਨਾਂ ਨੂੰ ਭੁਲੇਖਾ ਲੱਗ ਗਿਆ ਅਤੇ ਉਹ ਕਿਸੇ ਹੋਰ ਪ੍ਰਾਣੀ ਨੂੰ ਲੈ ਗਏ ਆ। ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਜਿਹੜੀਆਂ ਨਾ ਸਮੇਂ ਸਮੇਂ ਦੇ ਵਿੱਚ ਸਾਂਝੀਆਂ ਹੁੰਦੀਆਂ ਰਹਿੰਦੀਆਂ ਹੈਗੀਆਂ। ਪਰ ਆਓ ਅੱਜ ਆਪਾਂ ਇੱਕ ਐਸੀ ਘਟਨਾ ਜਿਹੜੀ ਹੈ ਉਹ ਆਪ ਸਾਰੀਆਂ ਸੰਗਤਾਂ ਦੇ ਸਨਮੁੱਖ ਪੇਸ਼ ਕਰਦੇ ਹਾਂ
ਜਿਹਦੀ ਬੜੀ ਵਿਚਿੱਤਰ ਘਟਨਾ ਹੈਗੀ ਆ। ਇਹ ਘਟਨਾ ਤਕਰੀਬਨ ਸੰਨ ਜਿਹੜੀ ਹੈ ਇਹ 2000 ਇਸ 5 ਦੀ ਜਿਹੜੀ ਹੈ ਉਹ ਮੰਨੀ ਜਾਂਦੀ ਆ, ਉਸ ਗੁਰਸਿੱਖ ਪਿਆਰੇ ਨੇ ਦਾਸ ਦੇ ਨਾਲ ਸਾਂਝੀ ਕੀਤੀ ਸੀਗੀ। ਇਹ ਘਟਨਾ ਇਸ ਤਰ੍ਹਾਂ ਹੈਗਾ ਕਿ ਉਹ ਜਿਹੜੇ ਗੁਰਮੁਖ ਪਿਆਰੇ ਹਨ ਉਹ ਅਖੰਡ ਕੀਰਤਨੀ ਜਥੇ ਦੇ ਨਾਲ ਸੰਬੰਧਿਤ ਰੱਖਦੇ ਆ ਅਤੇ ਨਾਮ ਭਜਨ ਸਿਮਰਨ ਦੀ ਕਮਾਈ ਜਿਹੜੀ ਹੈ ਨਾ ਉਹ ਡਾਢੀ ਕਰਦੇ ਆ। ਉਹਨਾਂ ਦੇ ਇੱਕ ਮਿੱਤਰ ਹੈ ਜਿਹੜੇ ਬਹੁਤ ਹੀ ਜਿਨ੍ਹਾਂ ਨੂੰ ਅਸੀਂ ਵਿਵੇਕੀ ਸਿੰਘ ਆਖਦੇ ਹਾਂ, ਭਾਵ ਕਿ ਉਹ ਬਹੁਤ ਉੱਚੀ ਜਿਹੜੀ ਆਤਮਿਕ ਅਵਸਥਾ ਦੇ ਵਿੱਚ ਉਹ ਖੇਡਦੇ ਆ। ਸੋ ਮਿੱਤਰ ਦੱਸਦੇ ਸੀਗੇ ਕਿ ਇੱਕ ਵਾਰ 2005 ਦੇ ਵਿੱਚ ਹੈ ਨਾ ਉਹਨਾਂ ਨੇ ਆਪਣੇ ਜੋ ਮਿੱਤਰ ਸੀਗੇ ਜਿਨ੍ਹਾਂ ਨੂੰ ਵਿਵੇਕੀ ਸਿੰਘ ਕਰਕੇ ਜਿਹੜੇ ਹੈਗੇ ਆ ਉਹਨਾਂ ਨੂੰ ਜਾਣੀ ਕਿ ਉਹਨਾਂ ਦਾ ਆਦਰ ਮਾਣ ਸਤਿਕਾਰ ਮਨ 'ਚ ਕਰਦੇ ਆ ਅਤੇ ਮਨ ਵਿੱਚ ਇੱਕ ਵਾਰੀ ਕਹਿੰਦੇ ਇਹ ਫੁਰਨਾ ਆਇਆ ਕਿ ਜਿੱਥੇ ਮੇਰੇ ਸਿੰਘ ਜਿਹੜੇ ਜਿਸ ਅਵਸਥਾ ਵਿੱਚ ਖੇਡਦੇ ਆ ਉਸ ਅਵਸਥਾ ਵਿੱਚ ਸਾਨੂੰ ਵੀ ਜਾਣੀ ਕਿ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਉਸ ਅਵਸਥਾ ਵਿੱਚ ਲੈ ਕੇ ਜਾਓ। ਪਰ ਕਿਉਂਕਿ ਹਰੇਕ ਦੀ ਜਿਹੜੀ ਅਵਸਥਾ ਹੈ ਨਾ ਅਲੱਗ ਅਲੱਗ ਹੁੰਦੀ ਹੈ, ਸਿੱਖ ਰੀਸ ਤਾਂ ਕਰ ਸਕਦਾ ਹੈ ਪਰ ਜੇ ਮਨ ਵਿੱਚ ਫੁਰਨਾ ਆ ਜਾਵੇ ਕਿ ਮੈਂ ਕਿਸੇ ਦੇ ਬਰਾਬਰ ਪਹੁੰਚ ਜਾਵਾਂ, ਇਹ ਜਿਹੜਾ ਹੈ ਨਾ ਫੁਰਨਾ ਹੈਗਾ ਇਹ ਗੁਰਸਿੱਖ ਨੂੰ ਨੀਵਾਂਪਣ ਦਿਖਾ ਦਿੰਦਾ ਹੈਗਾ। ਕਿਉਂਕਿ ਬਰਾਬਰਤਾ ਜਿਹੜੀ ਹੈ ਨਾ ਇਹ ਸਿੱਖੀ ਦੇ ਵਿੱਚ ਵਿਵਰਜਿਤ ਹੈਗੀ ਆ। ਕਿਉਂ? ਗੁਰਬਾਣੀ ਦੇ ਵਿੱਚ ਜਿਹੜੇ ਹੈ ਨਾ ਇਹ ਦੱਸਿਆ ਜਾਂਦਾ ਹੈ ਕਿ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੋਂ ਉੱਚਾ, ਕਿ ਜਿਹੜਾ ਇੱਥੇ ਬਰਾਬਰਤਾ ਨਹੀਂ ਹੈ ਕਿ ਜਿਹੜਾ ਆਪਣੇ ਆਪ ਨੂੰ ਬਹੁਤ ਹੀ ਨੀਵਾਂ ਕਰਕੇ ਆਪਣੇ ਆਪ ਨੂੰ ਸਦਾਉਂਦਾ ਹੈ ਨਾ ਉਹ ਹੀ ਸਭ ਤੋਂ ਉੱਚਾ ਮੰਨਿਆ ਜਾਂਦਾ ਹੈ। ਇਸੇ ਕਰਕੇ ਗੁਰਬਾਣੀ ਦੇ ਅੰਦਰ ਗੁਰੂ ਨਾਨਕ ਸਾਹਿਬ ਨੇ ਵੀ ਦੇਖੋ ਆਪ ਜਿਹੜੇ ਹੈ ਨਿਰੰਕਾਰ ਰੂਪ ਹੁੰਦੇ ਹੋਏ ਵੀ ਆਪਣੇ ਆਪ ਨੂੰ ਇੰਨਾ ਨੀਵਾਂ ਦਿਖਾਤਾ ਕਿ ਮਹਾਰਾਜ ਆਪ ਕਹਿੰਦੇ ਕਿ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਨ ਕੇ ਸੰਗ ਸਾਥ ਵੱਡਿਆਂ ਸੋ ਕਹਿ ਰੀਸ ਅਤੇ ਨਾਲ ਕਹਿਤਾ ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ਿਸ਼। ਵੀ ਜਿੱਥੇ ਬੰਦੇ ਆਪਣੀ ਨੀਚਤਾ ਨੂੰ ਸੰਭਾਲ ਕੇ ਰੱਖਦੇ ਹਨ ਕਿ ਭਾਈ ਮੇਰੇ ਤੋਂ ਜਿਹੜਾ ਹੈ ਨਾ ਨੀਵਾਂ ਹੋਰ ਕੋਈ ਨਹੀਂ, ਜਿਵੇਂ ਮਹਾਰਾਜ ਨੇ ਕਿਹਾ ਹੈ ਕਬੀਰ ਹਮ ਸਭ ਤੋਂ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ। ਪਰ ਕਈ ਵਾਰੀ ਕਿਉਂਕਿ ਗੁਰਬਾਣੀ ਦੀ ਸੰਗਤ ਦੀ ਘਾਟ ਹੋਣ ਦੇ ਕਾਰਨ ਕਈ ਵਾਰੀ ਅਸੀਂ ਜਿਹੜੇ ਹਨ ਉਹ ਮੁਕਾਬਲੇ ਦੀ ਦੌੜ ਦੇ ਵਿੱਚ ਚਲੇ ਜਾਂਦੇ ਆ, ਪਰ ਜਿਹੜੇ ਰੱਬ ਦੇ ਪਿਆਰੇ ਆ ਉਹ ਫਿਰ ਇਹਨਾਂ ਚੀਜ਼ਾਂ ਨੂੰ ਜਿਹੜੇ ਹੈ ਨਾ ਗੁਰਸਿੱਖ ਨੂੰ ਕਿਸੇ ਨਾ ਕਿਸੇ ਜ਼ਰੀਏ ਦਾ ਕਾਰਨ ਬਣਾ ਕੇ ਹੈ ਨਾ ਇਸ ਚੀਜ਼ ਦਾ ਭੇਦ ਜਿਹੜਾ ਉਹਨਾਂ ਦੇ ਸਾਹਮਣੇ ਖੋਲ੍ਹ ਦਿੰਦੇ ਆ। ਸੋ ਗੁਰਸਿੱਖ ਪਿਆਰੇ ਕਹਿੰਦੇ ਸੀ ਕਿ ਮੈਂ ਆਪਣੇ ਵਿਵੇਕੀ ਸਿੰਘ ਨੂੰ ਆਖਿਆ ਕਿ ਤੁਸੀਂ ਹੈ ਨਾ ਮੇਰੀ ਅਰਦਾਸ ਕਰੋ ਕਿ ਤਾਂ ਜੋ ਮੈਂ ਜਾਣੀ ਤੁਹਾਡੇ ਜਿਹੜੇ ਹੈ ਨਾ ਨਾਮ ਭਜਨ ਸਿਮਰਨ ਦੇ ਬਰਾਬਰ ਜਾ ਸਕਾਂ। ਪਰ ਕਹਿੰਦੇ ਵਿਵੇਕੀ ਸਿੰਘ ਹੱਸ ਕੇ ਕਹਿਣ ਲੱਗੇ ਕਿ ਅਰਦਾਸ ਮੈਂ ਨਹੀਂ, ਅਰਦਾਸ ਤੁਸੀਂ ਖੁਦ ਕਰੋ ਅਤੇ ਨਾਲ ਅਰਦਾਸ ਕਰਨ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਏਗਾ ਕਿ ਮੈਂ ਕਿੱਥੇ ਖੜ੍ਹਾ ਹੈਗਾ। ਬਸ ਇਹ ਜਿਹੜੀਆਂ ਨਾ ਚੀਜ਼ਾਂ ਬਹੁਤ ਵੱਡੀ ਹੈ ਕਿ ਆਪਣੇ ਆਪ ਨੂੰ ਪਛਾਣਨਾ, ਭਾਵ ਕੀ ਆ ਗੁਰਮਤ ਦੀ ਕਸੋਟੀ ਦੇ ਉੱਤੇ ਹਰੇਕ ਸਿੰਘ ਜਿਹੜਾ ਹੈ ਨਾ ਉਹ ਆਪਣੇ ਆਪ ਦੀ ਪਰਖ ਕਰਨੀ ਜਿਹੜਾ ਹੈ ਨਾ ਉਹਦਾ ਰੋਜ਼ ਦਾ ਕੰਮ ਬਣ ਜਾਂਦਾ ਹੈਗਾ ਕਿ ਉਹ ਦੇਖਦਾ ਹੈ ਕਿ ਮੈਂ ਜਿਹੜਾ ਹੈ ਨਾ ਕਿੱਥੇ ਖੜ੍ਹਾ ਹੈਗਾ, ਜੋ ਗੁਰਬਾਣੀ ਮੈਨੂੰ ਕਹਿੰਦੀ ਹੈ ਉਸ ਆਧਾਰ ਦੇ ਉੱਤੇ ਮੇਰਾ ਜੀਵਨ ਕਿਹੋ ਜਿਹਾ ਚੱਲ ਰਿਹਾ ਹੈਗਾ ਔਰ ਕਿਹੋ ਜਿਹੀਆਂ ਜਿਹੜੀਆਂ ਘਾਟਾਂ ਕਮਜ਼ੋਰੀਆਂ ਹੈ ਨਾ ਮੇਰੇ ਅੰਦਰ ਚੱਲ ਰਹੀਆਂ ਹੈਗੀਆਂ ਉਹਨਾਂ ਨੂੰ ਮੈਂ ਕਿਵੇਂ ਦੂਰ ਕਰਨਾ ਹੈਗਾ। ਬਸ ਇਹ ਦੇਖਣਾ ਉਹਦਾ ਪਹਿਲਾ ਜਿਹੜਾ ਹੈ ਉਹ ਧਰਮ ਬਣ ਜਾਂਦਾ ਹੈਗਾ ਕਿ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਤੋਲਣਾ ਹੈ ਅਤੇ ਜਦੋਂ ਉਹ ਤੋਲਿਆ ਜਾਂਦਾ ਹੈ ਫਿਰ ਉਹ ਦੂਸਰੇ ਦੇ ਪ੍ਰਤੀ ਜਿਹੜਾ ਹੈ ਨਾ ਆਪਣੀ ਗੱਲਬਾਤ ਕਰ ਸਕਦਾ ਹੈਗਾ। ਜਿਵੇਂ ਇੱਕ ਵਾਰ ਦੱਸਦੇ ਆ ਜਿਵੇਂ ਮਹਾਂਪੁਰਖ ਕਿ ਕੋਈ ਬੱਚਾ ਗੁੜ ਬੜਾ ਖਾਂਦਾ ਸੀ, ਉਹਨਾਂ ਦੇ ਮਾਤਾ ਜੀ ਹੈ ਨਾ ਕਿਸੇ ਮਹਾਤਮਾ ਦੇ ਪਾਸ ਆ ਗਏ ਅਤੇ ਮਹਾਂਪੁਰਖਾਂ ਨੂੰ ਕਹਿਣ ਲੱਗੇ ਜੀ ਮੇਰਾ ਬੱਚਾ ਗੁੜ ਬਹੁਤ ਖਾਂਦਾ, ਅਤੇ ਮਹਾਂਪੁਰਖ ਕਹਿਣ ਲੱਗੇ ਅੱਛਾ ਬੀਬਾ ਇਸ ਤਰ੍ਹਾਂ ਕਰਕੇ ਤੂੰ ਹੈ ਨਾ ਅੱਜ ਰਹਿਣ ਦੇ ਕੱਲ੍ਹ ਆਈ, ਕੱਲ੍ਹ ਅਸੀਂ ਤੈਨੂੰ ਇਹਦੇ ਬਾਰੇ ਦੱਸਾਂਗੇ। ਸੋ ਬੀਬੀ ਜਦ ਵਾਪਸ ਮੁੜੀ ਅਗਲੇ ਦਿਨ ਫਿਰ ਮਹਾਤਮਾ ਪਾਸ ਪਹੁੰਚੀ, ਮਹਾਤਮਾ ਦੇ ਕੋਲ ਫਿਰ ਉਹਨੇ ਉਹੀ ਪ੍ਰਸ਼ਨ ਕੀਤਾ ਕਿ ਮੇਰਾ ਬੱਚਾ ਗੁੜ ਬਹੁਤ ਖਾਂਦਾ, ਅਤੇ ਮਹਾਂਪੁਰਖ ਉਸ ਦੇ ਬੱਚੇ ਨੂੰ ਕਹਿਣ ਲੱਗੇ ਕਿ ਕਾਕਾ ਤੂੰ ਗੁੜ ਨਾ ਖਾਇਆ ਕਰ ਕਿ ਗੁੜ ਖਾਣ ਦੇ ਨਾਲ ਹੈ ਨਾ ਚਮੜੀ ਦੇ ਉੱਤੇ ਫੋੜੇ ਅਤੇ ਫਿੰਸਣੀਆਂ ਨਿਕਲ ਆਉਂਦੀਆਂ। ਜਦ ਇਹ ਗੱਲ ਹੋਈ ਤਾਂ ਬੱਚੇ ਦੀ ਮਾਤਾ ਜੀ ਕਹਿਣ ਲੱਗੇ ਕਿ ਮਹਾਂਪੁਰਖੋ ਅਗਰ ਇਹੋ ਹੀ ਗੱਲ ਕਹਿਣੀ ਸੀ ਤਾਂ ਕੱਲ੍ਹ ਹੀ ਕਹਿਣ ਦੇ, ਮੈਂ ਐਡੀ ਦੂਰੋਂ ਆਈ ਹਾਂ ਅਤੇ ਬੜੀ ਮੁਸ਼ਕਲ ਦੇ ਨਾਲ ਤੁਹਾਡੇ ਕੋਲ ਪਹੁੰਚੀ ਹਾਂ ਅਤੇ ਤੁਸੀਂ ਇੰਨੀ ਗੱਲ ਦੇ ਬਦਲੇ ਮੇਰੇ ਨੂੰ ਦੁਬਾਰਾ ਫਿਰ ਫੇਰਾ ਪਵਾਤਾ ਹੈ। ਤਾਂ ਮਹਾਂਪੁਰਖ ਜਿਹੜੇ ਸੀ ਉਸ ਬੱਚੇ ਦੀ ਮਾਤਾ ਨੂੰ ਕਹਿਣ ਲੱਗੇ ਕਿ ਬੀਬਾ ਗੱਲ ਇਹ ਸੀ ਕਿ ਪਹਿਲਾਂ ਕਿਸੇ ਨੂੰ ਉਪਦੇਸ਼ ਦੇਣ ਤੋਂ ਪਹਿਲਾਂ ਹੈ ਨਾ ਆਪਣੇ ਅੰਦਰ ਝਾਤ ਜ਼ਰੂਰ ਮਰਨੀ ਚਾਹੀਦੀ ਹੈਗੀ ਆ,
ਅਤੇ ਮੈਂ ਵੀ ਕੱਲ੍ਹ ਤੱਕ ਗੁੜ ਖਾਂਦਾ ਸੀਗਾ ਤਾਂ ਮੈਂ ਤੇਰੇ ਬੱਚੇ ਨੂੰ ਕਿਵੇਂ ਕਹਿ ਸਕਦਾ ਸੀ ਕਿ ਕਾਕਾ ਗੁੜ ਨਾ ਖਾ? ਕਹਿੰਦੇ ਫਿਰ ਮੈਂ ਫੈਸਲਾ ਕੀਤਾ ਕਿ ਪਹਿਲਾਂ ਮੈਂ ਗੁੜ ਛੱਡਾਂਗਾ, ਕਹਿੰਦੇ ਹੁਣ ਮੈਂ ਕੱਲ੍ਹ ਦਾ ਗੁੜ ਜਿਹੜਾ ਸੀ ਉਹ ਖਾਣਾ ਬੰਦ ਕਰ ਦਿੱਤਾ, ਤਾਂ ਤੇਰੇ ਬੱਚੇ ਨੂੰ ਜਿਹੜਾ ਹੈਗਾ ਇਹ ਉਪਦੇਸ਼ ਦਿੱਤਾ ਹੈਗਾ। ਸੋ ਇਸ ਤਰ੍ਹਾਂ ਜਿਹੜੇ ਹੈ ਨਾ ਗੁਰਮੁਖ ਪਿਆਰੇ ਸਿੰਘ ਹੈਗੇ ਆ, ਉਹ ਆਪਣੇ ਪਿਆਰਿਆਂ ਨੂੰ ਵੀ ਇਸ ਤਰ੍ਹਾਂ ਦੀ ਖੇਡ ਦੇ ਵਿੱਚ ਜਿਹੜਾ ਹੈਗਾ ਉਹ ਪਾ ਦਿੰਦੇ ਆ, ਤਾਂ ਜੋ ਉਹਨਾਂ ਨੂੰ ਹੈ ਨਾ ਆਪਣੀ ਸਹੀ ਸਥਿਤੀ ਜਿਹੜੀ ਹੈ ਉਹ ਅਨੁਭਵ ਹੋ ਸਕੇ। ਸੋ ਇਸੇ ਤਰ੍ਹਾਂ ਉਹ ਗੁਰਸਿੱਖ ਪਿਆਰੇ ਜਿਹੜੇ ਸੀਗੇ ਉਹ ਕਹਿਣ ਲੱਗੇ ਆਪਣੇ ਵਿਵੇਕੀ ਸਿੰਘ ਨੂੰ ਕਿ ਤੁਸੀਂ ਮੇਰੀ ਅਰਦਾਸ ਕਰੋ। ਤਾਂ ਫਿਰ ਕਹਿੰਦੇ ਉਹ ਸਿੰਘ ਕਹਿਣ ਲੱਗੇ ਕਿ ਤੁਸੀਂ ਆਪਣੀ ਅਰਦਾਸ ਖੁਦ ਕਰੋ। ਕਹਿੰਦੇ ਮੈਂ ਇਸ ਤਰ੍ਹਾਂ ਹੀ ਕੀਤੀ, ਰਾਤ ਅਸੀਂ ਦੋਨੇ ਸਿੰਘ ਜਿਹੜੇ ਸੀ ਇੱਕ ਜਗ੍ਹਾ ਇਕੱਠੇ ਹੋਏ, ਕਹਿੰਦੇ ਮੈਂ ਅਰਦਾਸ ਬੇਨਤੀ ਜਿਹੜੀ ਸੀਗੀ ਉਹ ਕਰ ਦਿੱਤੀ। ਜਦ ਕਹਿੰਦੇ ਅਰਦਾਸ ਬੇਨਤੀ ਕੀਤੀ ਅਤੇ ਇਹ ਦੱਸਿਆ ਕਿ ਮੈਂ ਕਿਹੜੀ ਜਗ੍ਹਾ 'ਤੇ ਕਿੱਥੇ ਖੜ੍ਹਾ ਹੈਗਾ, ਕਿਸ ਮੁਕਾਮ ਦੇ ਉੱਤੇ ਖੜ੍ਹਾ ਹੈਗਾ, ਕਿਸ ਵਾਹਿਗੁਰੂ ਦੀ ਦਿੱਤੀ ਬਰਕਤ ਦੇ ਅਨੁਸਾਰ, ਕਿਉਂਕਿ ਮੈਂ ਆਪਣੇ ਆਪ ਨੂੰ ਪਰਖਣ ਵਾਸਤੇ ਕਿ ਮੈਂ ਧਰਮ ਦੇ ਵਿੱਚ ਕਿੰਨਾ ਕੁ ਕਸੌਟੀ 'ਤੇ ਖਰਾ ਉਤਰਦਾ ਹੈਗਾ। ਕਹਿੰਦੇ ਮੈਂ ਬੇਨਤੀ ਕਰ ਦਿੱਤੀ। ਜਦ ਕਹਿੰਦੇ ਬੇਨਤੀ ਕੀਤੀ ਤਾਂ ਕਹਿੰਦੇ ਫਿਰ ਕੀ ਹੋਇਆ, ਜਦ ਰਾਤ ਹੋਈ ਐਸਾ ਕ੍ਰਿਸ਼ਮਾ ਹੋਇਆ ਕਿ ਮੈਂ ਇਸ ਤਰ੍ਹਾਂ ਮੈਂ ਜਿਹੜਾ ਸੀ ਉਸੇ ਸਿੰਘ ਦੇ ਨਾਲ ਇੱਕੋ ਹੀ ਬੈੱਡ 'ਤੇ ਅਸੀਂ ਲੰਮੇ ਪਏ ਸੀਗੇ, ਅਤੇ ਮੈਂ ਜਾਣੀ ਕੀ ਦੇਖਿਆ ਕਿ ਕੋਈ ਜਾਣੀ ਕਿ ਬਹੁਤ ਹੀ ਕੋਈ ਅਦ੍ਰਿਸ਼ ਜਿਹੜੇ ਸੀ ਹੈ ਨਾ ਉਹ ਸੂਖਮ ਰੂਹਾਂ ਜਿਹੜੀਆਂ ਸੀ, ਕਹਿੰਦੇ ਉਹਨਾਂ ਨੇ ਮੇਰੀ ਸਰੀਰ ਦੇ ਵਿੱਚ ਮੇਰੀ ਬੋਡੀ ਦੇ ਵਿੱਚ ਕਹਿੰਦੇ ਆਪਣਾ ਹੱਥ ਪਾਇਆ ਜਿਹਨੂੰ ਮੈਂ ਬਿਲਕੁਲ ਸਾਫ ਅਨੁਭਵ ਕੀਤਾ। ਅਤੇ ਕਹਿੰਦੇ ਉਸ ਨੂੰ ਹੱਥ ਪਾ ਕੇ ਹੈ ਨਾ ਉਹਨਾਂ ਨੇ ਮੇਰੇ ਸਰੀਰ ਦੇ ਵਿੱਚੋਂ ਮੈਨੂੰ ਆਪਣੇ ਆਪ ਨੂੰ ਬਾਹਰ ਖਿੱਚ ਲਿਆ, ਭਾਵ ਕਿ ਮੇਰੀ ਰੂਹ ਨੂੰ ਮੇਰੇ ਸਰੀਰ ਤੋਂ ਅਲੱਗ ਕਰ ਦਿੱਤਾ। ਜਦ ਕਹਿੰਦੇ ਅਲੱਗ ਕਰ ਦਿੱਤਾ ਤਾਂ ਮੈਂ ਆਪਣੇ ਸਰੀਰ ਤੋਂ ਜਿਹੜਾ ਸੀ ਉਹ ਬਾਹਰ ਆ ਗਿਆ। ਜਦ ਕਹਿੰਦੇ ਬਾਹਰ ਆਇਆ ਤਾਂ ਮੈਂ ਕੀ ਦੇਖਿਆ, ਮੇਰਾ ਜਿਹੜਾ ਸਰੀਰ ਸੀਗਾ ਪੰਜ ਤੱਤਾਂ ਦਾ ਬਣਿਆ ਬੋਡੀ ਉਹ ਮੰਜੇ 'ਤੇ ਪਈ ਸੀ ਅਤੇ ਮੈਂ ਸਰੀਰ ਤੋਂ ਬਾਹਰ ਸੀਗਾ। ਕਹਿੰਦੇ ਜਦ ਮੈਂ ਮੰਜੇ ਦੇ ਕੋਲ ਖੜ੍ਹਾ ਸਾਰਾ ਕੁਛ ਦੇਖਿਆ ਮੈਂ ਬੜਾ ਅਚਰਜ ਰਹਿ ਗਿਆ। ਅਤੇ ਉਸ ਤੋਂ ਬਾਅਦ ਕਹਿੰਦੇ ਕਿ ਮੈਂ ਕੀ ਦੇਖਿਆ ਕਿ ਜਿਹੜਾ ਮੇਰਾ ਮਿੱਤਰ ਸੀਗਾ ਉਹਦਾ ਵੀ ਜਿਹੜਾ ਸੀਗੀ ਆਤਮਾ ਸਰੀਰ ਤੋਂ ਅਲੱਗ ਹੋ ਗਈ, ਪਰ ਉਹਦੀ ਆਤਮਾ ਅਤੇ ਮੇਰੀ ਆਤਮਾ ਦਾ ਫਰਕ ਇਹ ਸੀ ਕਿ ਮੈਂ ਜਿਹੜਾ ਸੀਗਾ ਇਸ ਸਰੀਰ ਦੇ ਵਿੱਚ ਰੂਹ ਦੇ ਵਿੱਚ ਸੀਗਾ ਬਾਹਰ ਆਇਆ, ਪਰ ਉਹਦੀ ਜਿਹੜੀ ਆਤਮਾ ਸੀ ਹੈ ਨਾ ਉਹ ਪ੍ਰਕਾਸ਼ ਰੂਪ ਹੋ ਕੇ ਜਿਹੜੀ ਸੀ ਉਹ ਆਪਣੇ ਸਰੀਰ 'ਚੋਂ ਬਾਹਰ ਆਈ। ਅਤੇ ਮੇਰੇ ਦੇਖਦਿਆਂ ਦੇਖਦਿਆਂ ਉਹ ਜਿਹੜੀ ਆਤਮਾ ਸੀਗੀ ਉਹ ਉਸੇ ਹੀ ਜੋ ਆਨੰਦ ਰੂਪੀ ਪ੍ਰਕਾਸ਼ ਵਾਹਿਗੁਰੂ ਪਰਮੇਸ਼ਰ ਦਾ ਹੈਗਾ ਉਹਦੇ ਵਿੱਚ ਮੇਰੇ ਮਿੱਤਰ ਦੀ ਜਿਹੜੀ ਆਤਮਾ ਸੀ ਹੈ ਨਾ ਉਹਦੇ ਵਿੱਚ ਲੀਨ ਹੋ ਗਈ। ਕਹਿੰਦੇ ਮੈਂ ਹੱਕਾ ਬੱਕਾ ਰਹਿ ਗਿਆ ਜਦ ਮੈਂ ਕੀ ਦੇਖਿਆ ਕਿ ਇੱਕੋ ਹੀ ਬੈੱਡ 'ਤੇ ਅਸੀਂ ਦੋਨੇ ਜਣੇ ਸੁੱਤੇ ਹਾਂ ਅਤੇ ਮੇਰਾ ਸਰੀਰ ਵੀ ਉਸੇ ਤਰ੍ਹਾਂ ਚੁਪਾਟ ਪਿਆ ਹੈਗਾ ਅਤੇ ਮੇਰੇ ਮਿੱਤਰ ਦਾ ਵੀ ਪਿਆ ਹੈ, ਪਰ ਉਹਦੀ ਜਿਹੜੀ ਰੂਹ ਸੀਗੀ ਜਦੋਂ ਬਾਹਰ ਆਈ ਹੈ ਉਹ ਪ੍ਰਕਾਸ਼ ਰੂਪ ਹੋ ਕੇ ਉਸੇ ਹੀ ਪ੍ਰਕਾਸ਼ ਦੇ ਵਿੱਚ ਜਿਹੜੇ ਸੀ ਅਨੰਤ ਰੂਪੀ ਪ੍ਰਕਾਸ਼ ਜਿਹੜਾ ਸੀ ਉਹਦੇ ਵਿੱਚ ਲੀਨ ਹੋ ਗਈ। ਪਰ ਕਹਿੰਦੇ ਮੈਂ ਜਿਹੜਾ ਸੀ ਉਸੇ ਤਰ੍ਹਾਂ ਖੜ੍ਹਾ ਸੀ। ਜਦ ਕਹਿੰਦੇ ਮੈਂ ਖੜ੍ਹੇ ਖੜ੍ਹੇ ਨੇ ਕੀ ਤੱਕਿਆ ਕਿ ਦੋ ਜਿਹੜੇ ਆਦਮੀ ਜਿਨ੍ਹਾਂ ਨੂੰ ਅਸੀਂ ਜਮਦੂਤ ਆਖਦੇ ਹਾਂ ਉਹ ਕਹਿਣ ਲੱਗੇ ਕਿ ਜਮਦੂਤ ਜਦੋਂ ਮੈਂ ਦੇਖੇ ਮੈਂ ਦੇਖ ਕੇ ਇੰਨਾ ਜਾਣੀ ਕਿ ਸੂਖਮ ਸਰੀਰ ਦੇ ਵਿੱਚ ਦਹਿਲ ਗਿਆ ਕਿ ਉਹਨਾਂ ਦਾ ਜਿਹੜਾ ਸਰੀਰ ਸੀ ਉਹ ਇੰਨਾ ਡਰਾਉਣਾ ਸੀਗਾ ਕਿ ਜਿਵੇਂ ਕਿ ਅਸੀਂ ਆਮ ਤੌਰ 'ਤੇ ਪੁਰਾਣੇ ਬਜ਼ੁਰਗਾਂ ਤੋਂ ਪੁੱਛਦੇ ਹਾਂ ਜਾਂ ਗੁਰਬਾਣੀ ਦੇ ਅੰਦਰ ਇਸ ਚੀਜ਼ ਦੇ ਜਿਹੜੇ ਹੈਗੇ ਉਹ ਬੜੇ ਹੀ ਜਿਹੜੇ ਸਾਨੂੰ ਸੰਕੇਤ ਰੂਪੀ ਹਵਾਲੇ ਮਿਲਦੇ ਆ ਕਿ ਜੈ ਮਹਾ ਭਿਆਨ ਦੂਤ ਜਮ ਦਲੇ, ਕਿ ਜਿਹੜੇ ਜਮਦੂਤ ਆ ਬੜੇ ਭਿਆਨਕ ਹੁੰਦੇ ਆ ਜਿਹੜੇ ਸਾਨੂੰ ਦਲਦੇ ਆ। ਕਹਿੰਦੇ ਬਸ ਉਹਨਾਂ ਦੇ ਜਿਹੜੇ ਸੀਗੇ ਚਿਹਰੇ ਜਿਹੜੇ ਸੀ ਉਹ ਇਸ ਤਰ੍ਹਾਂ ਦੀਆਂ ਅੱਖਾਂ ਸੀ ਜਿਵੇਂ ਜਿਹੜੀਆਂ ਉਹ ਬਲਦੀਆਂ ਅੱਗ ਦੀਆਂ ਜਿਹੜੀਆਂ ਹੈਗੀਆਂ ਉਹ ਲਾਟਾਂ ਹੋਣ, ਅਤੇ ਉਹਨਾਂ ਦੇ ਸਰੀਰ ਦੇ ਉੱਤੇ ਨਾ ਤਾਂ ਕੋਈ ਖੁਸ਼ੀ ਸੀ ਚਿਹਰੇ 'ਤੇ, ਨਾ ਗਮੀ ਸੀ, ਨਾ ਉਹਨਾਂ ਦੇ ਅੰਦਰ ਦਇਆ ਸੀ, ਨਾ ਧਰਮ ਸੀ, ਜਾਂ ਇਸ ਤਰ੍ਹਾਂ ਕਹਿ ਲਓ ਕਿ ਉਹਨਾਂ ਦੇ ਸਰੀਰ ਜਿਹੜੇ ਸੀ ਨਾ ਵਾਹਿਗੁਰੂ ਨੇ ਇਸ ਤਰ੍ਹਾਂ ਦੇ ਬਣਾਏ ਸੀਗੇ ਕਿ ਜਿਵੇਂ ਆਪਾਂ ਕਹਿ ਸਕੀਏ ਕਿ ਉਹ ਹੁਕਮ ਦੀਆਂ ਮਸ਼ੀਨਾਂ ਜਿਹੜੀ ਅਨੁਭਵ ਹੋਈਆਂ। ਕਹਿੰਦੇ ਜਦ ਇੰਨੀ ਗੱਲ ਹੋਈ ਤਾਂ ਮੈਂ ਜਦ ਉਹਨਾਂ ਦੇ ਵੱਲ ਦੇਖਿਆ, ਦੇਖਦੇ ਸਾਰੀ ਗੁਰਬਾਣੀ ਦੇ ਜਿਹੜੇ ਜਾਣੀ ਹਵਾਲੇ ਗੁਰਬਾਣੀ ਵਿੱਚ ਇਹਨਾਂ ਜਮਦੂਤਾਂ ਦੇ ਰੂਪ ਦੇ ਵਿੱਚ ਜਿਹੜੇ ਉਹ ਦਿੱਤੇ ਜਾਂਦੇ ਆ ਉਹ ਸਾਰਾ ਕੁਛ ਸੀਨ ਜਿਹੜਾ ਸੀ ਮੇਰੀਆਂ ਅੱਖਾਂ ਦੇ ਅੱਗੇ ਪ੍ਰਤੱਖ ਹੋ ਗਿਆ। ਅਤੇ ਉਹ ਜਿਹੜੇ ਜਮਦੂਤ ਸੀਗੇ ਹੈ ਨਾ, ਕਹਿੰਦੇ ਦੋ ਜਮਦੂਤ ਸੀ, ਦੋਨੇ ਜਮਦੂਤ ਜਿਹੜੇ ਸੀ ਕਹਿੰਦੇ ਮੈਨੂੰ ਇਸ ਆਕਾਸ਼ ਮਾਰਗ ਥਾਣੀ ਹੈ ਨਾ ਇੱਕ ਐਸੇ ਮੰਡਲ ਦੇ ਵਿੱਚ ਲੈ ਗਏ ਜਿਸ ਮੰਡਲ ਦੇ ਵਿੱਚ ਬੜੀਆਂ ਜਿਹੜੀਆਂ ਸੀ ਉਹ ਹਾਹਾਕਾਰ ਦੀਆਂ ਜਿਹੜੀਆਂ ਸੀ ਹਾਏ ਹਾਏ ਦੀਆਂ ਆਵਾਜ਼ਾਂ ਜਿਹੜੀਆਂ ਸੀਗੀਆਂ ਉੱਚੀ ਉੱਚੀ ਆ ਰਹੀਆਂ ਸੀ ਸਾਰੇ ਪਾਸੇ। ਕਹਿੰਦੇ ਇੰਨੀ ਜਿਹੜੀ ਸੀ ਉਹ ਮਾਰ ਧਾੜ ਜਾਣੀ ਕਿ ਹਾਏ ਹਾਏ ਦੀ ਕਰਲਾਟ ਹੋ ਰਹੀ ਸੀ ਹੈ ਨਾ, ਜਿਹਦੇ ਹਵਾਲੇ ਗੁਰਬਾਣੀ ਵਿੱਚ ਦਿੱਤੇ ਕਿ ਪਾਪੀ ਪਾਪ ਕਮਾਵਦੇ
ਕਰਦੇ ਹਾਏ ਹਾਏ, ਨਾਨਕ ਮਿਥਨ ਮਧਾਨੀਆਂ ਤਿਨਾਂ ਮਿੱਥੇ ਧਰਮ ਰਾਏ। ਕਹਿੰਦੇ ਉਸ ਹਾਏ ਹਾਏ ਦੀ ਆਵਾਜ਼ ਦੇ ਵਿੱਚ ਕਹਿੰਦੇ ਜਦੋਂ ਅਸੀਂ ਉਸ ਮੰਡਲ ਦੇ ਵਿੱਚ ਦਾਖਲ ਹੋਏ ਹਾਂ ਅਤੇ ਕਹਿੰਦੇ ਮੈਂ ਕੀ ਦੇਖਿਆ ਕਿ ਉੱਥੇ ਦਾ ਜਿਹੜਾ ਜਾਣੀ ਕਿ ਭਿਆਨਕ ਦ੍ਰਿਸ਼ ਜਮ ਲੋਕ ਦਾ ਜਿਹੜਾ ਸੀਗਾ ਉਹ ਦੇਖਦੇ ਸਾਰੀ ਕਹਿੰਦੇ ਮੈਂ ਉਹ ਦੋਨਾਂ ਜਮਦੂਤਾਂ ਨੂੰ ਪੁੱਛਿਆ ਕਿ ਤੁਸੀਂ ਮੈਨੂੰ ਕਿੱਥੇ ਲੈ ਕੇ ਆ ਗਏ ਹੈ, ਦੱਸੋ ਮੇਰਾ ਕੀ ਕਸੂਰ ਆ। ਪਰ ਕਹਿੰਦੇ ਉਹ ਜਮਦੂਤ ਜਿਹੜੇ ਸੀ ਕਿ ਉਹ ਹੁਕਮ ਦੇ ਬੱਝੇ ਹੋਏ, ਉਹ ਇਸ ਤਰ੍ਹਾਂ ਦੇ ਕਹਿ ਲਓ ਕਿ ਜਿਵੇਂ ਉਹ ਮਸ਼ੀਨਾਂ ਜਿਹੜੀਆਂ ਸੀ ਉਹ ਬੜੀਆਂ ਕਰੂਪ ਸੀਗੀਆਂ ਅਤੇ ਕਹਿੰਦੇ ਉਹ ਮੇਰੇ ਨਾਲ ਆ ਕੇ ਖੜ੍ਹ ਗਈਆਂ ਅਤੇ ਜਿਸ ਜਗ੍ਹਾ ਦੇ ਉੱਤੇ ਵਿੱਚ ਮੈਨੂੰ ਉਹਨੇ ਖੜ੍ਹੇ ਕੀਤਾ ਹੈ ਨਾ, ਅਤੇ ਉੱਥੇ ਜਾਣੀ ਬਹੁਤ ਲਾਈਨਾਂ ਜਿਹੜੀਆਂ ਲੱਗੀਆਂ ਹੋਈਆਂ ਸੀ ਤਾਂ ਅਲਫ ਨੰਗੇ ਜਿਹੜੇ ਸੀ ਨਰ ਨਾਰੀਆਂ ਜਿਹੜੀ ਸੀ ਉਹਨਾਂ ਲਾਈਨਾਂ ਦੇ ਵਿੱਚ ਖੜ੍ਹੇ ਕੁਰਲਾਟ ਜਿਹੜੇ ਸੀ ਹਾਏ ਹਾਏ ਕਰ ਰਹੇ ਸੀਗੇ, ਕਿਉਂਕਿ ਇਹ ਲਾਈਨਾਂ ਜਿਹੜੀਆਂ ਸੀਗੀਆਂ ਇਹ ਸਿੱਧੀਆਂ ਹੀ ਧਰਮਰਾਜ ਦੀ ਕਚਹਿਰੀ ਦੇ ਸਾਹਮਣੇ ਲੱਗੀਆਂ ਹੋਈਆਂ ਸੀਗੀਆਂ। ਅਤੇ ਜਦ ਕਹਿੰਦੇ ਮੈਂ ਆਸੇ ਪਾਸੇ ਨਿਗਾਹ ਮਾਰੀ ਜਦ ਕੀ ਦੇਖਿਆ ਕਿ ਬਹੁਤ ਸਾਰੇ ਜਿਹੜੇ ਆਦਮੀ ਸੀਗੇ ਉਹਨਾਂ ਦੇ ਜਿਹੜੇ ਕਿੱਲ ਜਿਹੜੇ ਹੱਥਾਂ ਵਿੱਚ ਠੋਕੇ ਜਾ ਰਹੇ ਸੀ, ਕਈਆਂ ਨੂੰ ਜਿਹੜੇ ਸੀ ਉਹ ਗਰਮ ਕੜਾਹਿਆਂ ਦੇ ਵਿੱਚ ਤਲਿਆ ਜਾ ਰਿਹਾ ਸੀ, ਕਈਆਂ ਦੇ ਹੱਥ ਪੈਰ ਜਿਹੜੇ ਸੀ ਉਹ ਵੱਢੇ ਜਾ ਰਹੇ ਸੀ, ਕਈਆਂ ਨੂੰ ਕੂਲੂ ਅੰਦਰ ਪੀੜਿਆ ਜਾ ਰਿਹਾ ਸੀਗਾ। ਭਾਵ ਕੀ ਕਿ ਇੰਨੀਆਂ ਭਿਆਨਕ ਜਿਹੜੀਆਂ ਸਜਾਵਾਂ ਜਿਹੜੀਆਂ ਉੱਥੇ ਚੱਲ ਰਹੀਆਂ ਸੀਗੀਆਂ ਹੈ ਨਾ। ਅਤੇ ਕਹਿੰਦੇ ਫਿਰ ਮੈਂ ਇੰਨਾ ਦੇਖ ਕੇ ਮਨ ਹੀ ਮਨ ਡਰ ਗਿਆ ਕਿ ਭਾਈ ਇਹ ਜਿਹੜੀ ਸਾਰੀ ਮੈਂ ਕਿੱਥੇ ਆ ਗਿਆ ਹੈਗਾ, ਇਸ ਸਰੀਰ 'ਚੋਂ ਬਾਹਰ ਹੋ ਕੇ ਇਸ ਲੋਕ ਦੇ ਵਿੱਚ ਕਿਵੇਂ ਪਹੁੰਚ ਗਿਆ ਹੈਗਾ। ਖੈਰ ਕਹਿੰਦੇ ਉਹਨਾਂ ਜਮਦੂਤਾਂ ਨੇ ਜਦੋਂ ਮੈਨੂੰ ਜਿਹੜਾ ਸੀ ਉਹ ਧਰਮਰਾਜ ਜੀ ਦੇ ਅੱਗੇ ਪੇਸ਼ ਕੀਤਾ, ਧਰਮਰਾਜ ਜਿਹੜੇ ਆ ਕਹਿੰਦੇ ਇਸ ਤਰ੍ਹਾਂ ਜਿਵੇਂ ਕੋਈ ਪ੍ਰਕਾਸ਼ ਦੀ ਜਿਹੜੀ ਹੈ ਨਾ ਬੜੀ ਕੋਈ ਸੁੰਦਰ ਮੂਰਤ ਹੁੰਦੀ ਆ, ਅਤੇ ਉਹਨਾਂ ਦੀ ਜੁੜ ਆਪਣੇ ਦੁੱਧ ਚਿੱਟੀ ਜਿਹੜੀ ਸੀ ਉਹ ਦਾੜ੍ਹੀ ਅਤੇ ਉਹਦੇ ਵਿੱਚੋਂ ਉਹਨਾਂ ਦਾ ਪ੍ਰਕਾਸ਼ ਜਿਹੜਾ ਸੀ ਉਹ ਝਲਕ ਰਿਹਾ ਸੀਗਾ, ਅਤੇ ਉਹਨਾਂ ਦੇ ਕੋਲ ਕਹਿੰਦੇ ਜੋ ਵਹੀ ਖਾਤੇ ਹੁੰਦੇ ਹਨ ਉਹ ਇਸ ਤਰ੍ਹਾਂ ਪਏ ਸੀਗੇ ਜਿਵੇਂ ਸਾਡੇ ਜਾਣੀ ਕਿ ਇਸ ਤਰ੍ਹਾਂ ਕਹਿ ਲਓ ਵੀ ਅੱਜ ਕੰਪਿਊਟਰ ਦਾ ਯੁੱਗ ਹੈ ਨਾ, ਇਸੇ ਹੀ ਤਰ੍ਹਾਂ ਸਾਰਾ ਕੁਝ ਜਿਹੜਾ ਸੀ ਉਹ ਚਮਕਦਮ ਕਰਿਆ ਸੀ ਉਹਨਾਂ ਦੇ ਕੋਲ। ਜਦ ਕਹਿੰਦੇ ਮੈਨੂੰ ਜਿਹੜਾ ਸੀ ਉਹ ਧਰਮਰਾਜ ਦੇ ਮੋਹਰੇ ਪੇਸ਼ ਕੀਤਾ ਗਿਆ ਅਤੇ ਧਰਮਰਾਜ ਨੇ ਜਦ ਕਹਿੰਦੇ ਮੇਰਾ ਜਿਹੜਾ ਸੀ ਉਹ ਲੇਖਾ ਜੋਖਾ ਦੇਖਿਆ ਅਤੇ ਉਹਦੇ ਵਿੱਚ ਉਹਨੇ ਕੱਢਿਆ ਕਿ ਇਹ ਆਦਮੀ ਜਿਹੜਾ ਹੈ ਨਾ ਇਹ ਕਾਮ ਵਾਸ਼ਨਾ ਦੇ ਵਿੱਚ ਬਹੁਤ ਅਧੀਨ ਹੈਗਾ, ਇਹਦੇ ਵਿੱਚ ਜਿਹੜਾ ਹੈਗਾ ਇਹ ਬਹੁਤ ਜ਼ਿਆਦਾ ਫਸਿਆ ਹੋਇਆ ਹੈਗਾ, ਇਸ ਕਰਕੇ ਇਹਨੂੰ ਜਿਹੜੀ ਐਸੀ ਸਜ਼ਾ ਦਿੱਤੀ ਜਾਵੇ ਕਿ ਇਹਦੇ ਜੋ ਗੁਪਤ ਲਿੰਗ ਹਨ ਉਹਦੇ ਉੱਤੇ ਸੂਈਆਂ ਜਿਹੜੀਆਂ ਹੈਗੀਆਂ ਚਬੋਈਆਂ ਜਾਣ। ਜਦ ਕਹਿੰਦੇ ਇਹ ਹੁਕਮ ਜਿਹੜਾ ਸੀਗਾ ਉਸ ਧਰਮਰਾਜ ਵੱਲੋਂ ਜਮਦੂਤਾਂ ਨੂੰ ਹੋਇਆ ਜੋ ਮੈਨੂੰ ਲੈਣ ਆਏ ਸੀ, ਤਾਂ ਪਰ ਕਹਿੰਦੇ ਉਸੇ ਟਾਈਮ ਇੱਕ ਐਸੀ ਖੇਡ ਵਾਪਰੀ ਕਿ ਕਹਿੰਦੇ ਫਿਰ ਉਹ ਮਤਲਬ ਜਿਹੜੀ ਸੀ ਇੱਕ ਆਵਾਜ਼ ਕਹਿ ਲਓ ਕਿ ਇੱਕ ਜਣੀ ਆਕਾਸ਼ਬਾਣੀ ਦੇ ਤੌਰ 'ਤੇ ਕਹਿੰਦੇ ਧਰਮਰਾਜ ਨੂੰ ਸੁਣਾਈ ਦਿੱਤੀ ਕਿ ਭਾਈ ਨਹੀਂ ਇਸ ਜੋ ਆਦਮੀ ਹੈਗਾ ਜੋ ਸਿੱਖ ਹੈਗਾ ਇਹਨੇ ਬੇਸ਼ੱਕ ਇਹ ਆਪਣੀ ਕਾਮ ਵਾਸ਼ਨਾ ਦੇ ਅਧੀਨ ਦੇ ਵਿੱਚ ਜਿਹੜਾ ਹੈਗਾ ਆਪਣਾ ਜੀਵਨ ਬਸਰ ਕਰ ਰਿਹਾ ਹੈਗਾ, ਪਰ ਇਸ ਨੇ ਜਾਣੀ ਕਿ ਤੁਰਦਿਆਂ ਫਿਰਦਿਆਂ ਹੈ ਨਾ ਨਾਮ ਬਹੁਤ ਜਪਿਆ ਹੈ ਜਲਦੀ, ਅਤੇ ਇਸ ਨੂੰ ਇਹ ਜਿਹੜੀ ਸਜ਼ਾ ਹੈ ਨਾ ਨਹੀਂ ਦਿੱਤੀ ਜਾ ਸਕਦੀ। ਕਹਿੰਦੇ ਜਦੋਂ ਇਸ ਤਰ੍ਹਾਂ ਹੋਇਆ ਤਾਂ ਫਿਰ ਕਹਿੰਦੇ ਵੀ ਉਹ ਜਿਹੜੇ ਜਮਦੂਤ ਸੀ ਉਹਨਾਂ ਨੂੰ ਹੁਕਮ ਦਿੱਤਾ ਗਿਆ ਕਿ ਇਸ ਜਿਹੜੇ ਆਪਣੇ ਸਿੱਖ ਨੂੰ ਦੁਬਾਰਾ ਇਹਦੇ ਸਰੀਰ ਦੇ ਵਿੱਚ ਜਿਹੜਾ ਸੀ ਛੱਡ ਕੇ ਆਓ। ਕਹਿੰਦੇ ਫਿਰ ਉਹੀ ਜਮਦੂਤ ਦੁਬਾਰਾ ਮੈਨੂੰ ਮੇਰੇ ਸਰੀਰ ਦੇ ਵਿੱਚ ਛੱਡ ਗਏ ਅਤੇ ਜਦ ਮੈਂ ਸਰੀਰ ਤੋਂ ਬਾਹਰ ਆਇਆ, ਜਦੋਂ ਮੈਂ ਸਰੀਰ ਦੇ ਵਿੱਚੋਂ ਆਪਣੀ ਸੁਰਤ ਬਾਹਰ ਲਿਆਂਦੀ ਅਤੇ ਇਹ ਜਿਹੜਾ ਮੇਰੇ ਨਾਲ ਉਸ ਜਮ ਲੋਕ ਦੇ ਵਿੱਚ ਮੇਰੀ ਹੱਡ ਬੀਤੀ 2005 ਦੇ ਵਿੱਚ ਹੋਈ ਸੀ, ਮੈਂ ਦੇਖ ਕੇ ਅਚਰਜ ਰਹਿ ਗਿਆ। ਅਤੇ ਜਦ ਕਹਿੰਦੇ ਮੈਂ ਆਪਣੇ ਮਿੱਤਰ ਵੱਲ ਦੇਖਿਆ ਤਾਂ ਮੇਰਾ ਮਿੱਤਰ ਵੀ ਜਿਹੜਾ ਸੀਗਾ ਆਪਣੇ ਸਰੀਰ ਦੇ ਵਿੱਚ ਜਿਹਦਾ ਜਾਣੀ ਆਤਮਾ ਰੂਪੀ ਪ੍ਰਕਾਸ਼ ਉਸ ਮਹਾਂਪ੍ਰਕਾਸ਼ ਦੇ ਵਿੱਚ ਲੀਨ ਹੋ ਗਏ ਸੀ ਉਹ ਵੀ ਕਹਿੰਦੇ ਵਾਪਸ ਆ ਗਏ। ਤਾਂ ਮੈਂ ਕਹਿੰਦੇ ਉਹਨੂੰ ਆਪਣੀ ਡਰ ਦੇ ਕੇ ਸਾਰੀ ਇਹ ਕਥਾ ਜਿਹੜੀ ਸੀ ਆਪਣੇ ਮਿੱਤਰ ਨੂੰ ਸੁਣਾਈ ਅਤੇ ਕਹਿੰਦੇ ਫਿਰ ਮੇਰੇ ਮਿੱਤਰ ਜਿਹੜੇ ਸੀ ਸੁਣ ਕੇ ਮੇਰੀ ਕਥਾ ਜਿਹੜੀ ਸੀਗੀ ਧਰਮਰਾਜ ਦੇ ਜਿਹੜਾ ਜਮਦੂਤ ਦਾ ਜਾਣੀ ਕਿ ਡੰਡ ਪੈ ਸੀਗਾ ਜਾਂ ਜਮ ਲੋਕ ਦਾ ਮਾਰਗ ਸੀਗਾ ਉਸ ਜਮ ਲੋਕ ਤੋਂ ਮੇਰੀ ਵਾਪਸੀ ਨੂੰ ਸੁਣ ਕੇ ਕਹਿੰਦੇ ਮੇਰੇ ਮਿੱਤਰ ਜਿਹੜੇ ਸੀ ਉਹ ਥੋੜ੍ਹੇ ਜਿਹੇ ਕਹਿੰਦੇ ਕਾਫੀ ਪ੍ਰਸੰਨ ਵੀ ਹੋਏ। ਅਤੇ ਕਹਿਣ ਤੋਂ ਭਾਵ ਇਹ ਹੈਗਾ ਕਿ ਉਹਨਾਂ ਨੇ ਮੈਨੂੰ ਦੱਸਿਆ ਕਿ ਅਜੇ ਜਿਹੜਾ ਮੈਂ ਹੈ ਨਾ ਮੇਰੇ ਅੰਦਰ ਕੀ ਜਿਹੜੀਆਂ ਆਪਣੇ ਕਮਜ਼ੋਰੀਆਂ ਹੈਗੀਆਂ, ਮੈਂ ਉਹਨਾਂ ਕਮਜ਼ੋਰੀਆਂ ਨੂੰ ਕਿਵੇਂ ਫਤਿਹ ਕਰਨਾ ਹੈਗਾ। ਜਦੋਂ ਅਸੀਂ ਆਪਣੀਆਂ ਸਾਰੀਆਂ ਕਮਜ਼ੋਰੀਆਂ ਨੂੰ ਫਤਿਹ ਕਰਕੇ ਹੈ ਨਾ ਉਸ ਇੱਕ ਤੋਂ ਫਿਰ ਏਕੋ ਹੋ ਜਾਵਾਂਗੇ, ਏਕੋ ਤੋਂ ਭਾਵ ਹੈ ਜੁੜ ਜਾਣਾ ਹੈ ਉਸ ਜਿਹੜੀ ਅਕਾਲ ਸ਼ਕਤੀ ਦੇ ਨਾਲ। ਜਦੋਂ ਅਸੀਂ ਇੱਕ ਤੋਂ ਜਾਣੀ ਕਿ ਏਕੋ ਬਣ ਗਏ ਜੁੜ ਗਏ ਦੁਦਵੈਤ ਏਕ ਰੂਪ ਹੋ ਗਏ ਹੋ ਫਿਰ ਜਾ ਕੇ ਸਾਡਾ ਜਿਹੜਾ ਹੈ ਨਾ ਮਾਰਗ ਵਾ ਸਿੱਖ ਦਾ
ਉਹ ਪ੍ਰਕਾਸ਼ ਮਾਰਗ ਜਿਹੜਾ ਬਣ ਜਾਵੇਗਾ। ਕਹਿੰਦੇ ਮੈਂ ਜਮਦੂਤਾਂ ਨੂੰ ਆਖਿਆ ਸੀਗਾ ਕਿ ਤੁਸੀਂ ਜਦੋਂ ਮੈਨੂੰ ਉਹ ਲੈਣ ਆਏ ਸੀਗੇ ਤਾਂ ਮੈਂ ਉਹਨਾਂ ਨੂੰ ਇਹ ਗੱਲ ਆਖੀ ਸੀ ਕਿ ਤੁਸੀਂ ਮੈਨੂੰ ਕਿੱਧਰ ਲੈ ਕੇ ਗਏ ਆ ਅਤੇ ਮੇਰਾ ਮਿੱਤਰ ਜਿਹੜਾ ਹੈਗਾ ਉਹ ਮੇਰੇ ਨਾਲ ਨਹੀਂ ਹੈ ਅਤੇ ਮੇਰਾ ਮਿੱਤਰ ਕਿੱਧਰ ਗਿਆ ਹੈ। ਅਤੇ ਕਹਿੰਦੇ ਜਮਦੂਤਾਂ ਨੇ ਇਹ ਗੱਲ ਜਿਹੜੀ ਸੀ ਮੈਨੂੰ ਜ਼ਰੂਰ ਜਿਹੜੀ ਸੀ ਉਹ ਦੱਸੀ ਸੀ। ਕਹਿੰਦੇ ਭਾਈ ਉਹਦਾ ਜਿਹੜਾ ਰਸਤਾ ਹੈ ਨਾ ਉਹ ਅਲੱਗ ਹੈ, ਉਹ ਬਹੁਤ ਕਮਾਈ ਵਾਲੇ ਆ ਅਤੇ ਉਹਨਾਂ ਦਾ ਜਿਹੜਾ ਪ੍ਰਕਾਸ਼ ਰੂਪ ਜਿਹੜੀ ਆਤਮਾ ਹੈਗੀ ਉਹ ਮਹਾਂਪ੍ਰਕਾਸ਼ ਦੇ ਵਿੱਚ ਲੀਨ ਹੋ ਗਈ ਆ। ਉਹ ਜਮ ਲੋਕ ਰਸਤੇ ਵਿੱਚ ਨਹੀਂ ਆ ਸਕਦੇ, ਪਰ ਤੇਰਾ ਉਹ ਅਜੇ ਰਸਤਾ ਨਹੀਂ ਬਣਿਆ, ਤੇਰਾ ਰਸਤਾ ਜਿਹੜਾ ਹੈ ਨਾ ਉਹ ਜਮ ਲੋਕ ਦਾ ਹੈ। ਜਿਸ ਕਰਕੇ ਕਹਿੰਦੇ ਜਿਹੜੇ ਉਹ ਜਮ ਸੀ ਉਹ ਮੈਨੂੰ ਜਿਹੜੇ ਸੀ ਉਹ ਜਮ ਲੋਕ ਧਰਮਰਾਜ ਦੇ ਕੋਲ ਜਿਹੜੇ ਸੀ ਉਹਨਾਂ ਨੇ ਮੈਨੂੰ ਪੇਸ਼ ਕਰ ਦਿੱਤਾ ਸੀਗਾ। ਪਰ ਕਹਿੰਦੇ ਉੱਥੇ ਦਾ ਜੋ ਧਰਮਰਾਜ ਦੀ ਕਚਹਿਰੀ ਦਾ ਇਹ ਸਾਰਾ ਜੋ ਸੀਨ ਜਿਹਨੂੰ ਗੁਰਬਾਣੀ ਦੇ ਵਿੱਚ ਵੀ ਜਿਹੜੇ ਸੀ ਬਿਲਕੁਲ ਪ੍ਰਤੱਖ ਤੌਰ 'ਤੇ ਖੋਲ੍ਹਿਆ ਜਾਂਦਾ ਹੈਗਾ ਕਿ ਉੱਥੇ ਜਿਹੜਾ ਸੀ ਉਹ ਇੰਨਾ ਕਰਲਾਟ ਅਤੇ ਜਿਹੜਾ ਹੈਗਾ ਇੰਨੀ ਹਾਹਾਕਾਰ ਦੀਆਂ ਆਵਾਜ਼ਾਂ ਸੁਣਦੀਆਂ ਕਿ ਕੋਈ ਵੀ ਉੱਥੇ ਜਿਹੜਾ ਹੈਗਾ ਕਿਸੇ ਦੀ ਮਦਦ ਵਾਸਤੇ ਨਹੀਂ ਬੋੜਦਾ। ਕਿਉਂ? ਕੇਵਲ ਅਤੇ ਕੇਵਲ ਇੱਕ ਨਾਮ ਭਜਨ ਸਿਮਰਨ ਹੀ ਜੋ ਅਕਾਲ ਪੁਰਖ ਵਾਹਿਗੁਰੂ ਦਾ ਹੈ ਉਹ ਹੀ ਪ੍ਰਾਣੀ ਨੂੰ ਬਚਾ ਸਕਦਾ ਹੈ। ਅਗਰ ਉਹਨੇ ਆਪਣੇ ਜੀਵਨ ਦੇ ਵਿੱਚ ਆਪਣੇ ਸਵਾਸਾਂ ਰੂਪੀ ਪੂੰਜੀ ਦੇ ਵਿੱਚ ਇਹ ਸਾਰਾ ਨਾਮ ਧੰਨ ਇਕੱਠਾ ਕੀਤਾ ਹੋਵੇ। ਕਹਿੰਦੇ ਇਹ ਜਿਹੜੀ ਸੀ ਘਟਨਾ ਸੀ ਇਹ 2005 'ਚ ਮੇਰੇ ਨਾਲ ਹੋਈ ਸੀ ਕਿ ਮੈਂ ਉਸ ਜਮ ਲੋਕ ਦੇ ਵਿੱਚ ਗਿਆ ਸੀ ਅਤੇ ਉੱਥੋਂ ਫਿਰ ਮੇਰੀ ਵਾਪਸੀ ਹੋਈ ਸੀ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਸ ਤਰ੍ਹਾਂ ਦੀਆਂ ਹੋਰ ਵੀ ਅਨੇਕਾਂ ਘਟਨਾਵਾਂ ਜਿਹੜੀਆਂ ਹੈਗੀਆਂ ਉਹ ਸਮੇਂ ਸਮੇਂ ਦੇ ਵਿੱਚ ਹੁੰਦੀਆਂ ਰਹਿੰਦੀਆਂ ਹਨ, ਪਰ ਗੱਲ ਇੰਨੀ ਹੈ ਕਿ ਜਿਨ੍ਹਾਂ ਨੇ ਨਾਮ ਜਪਿਆ ਹੈਗਾ ਉਹਨਾਂ ਵਾਸਤੇ ਫਿਰ ਜਿਹੜਾ ਜਮ ਲੋਕ ਦਾ ਮਾਰਗ ਹੈਗਾ ਉਹ ਹਮੇਸ਼ਾ ਲਈ ਬੰਦ ਹੋ ਜਾਂਦਾ ਹੈ। ਉਹਨਾਂ ਦਾ ਜੋ ਮਾਰਗ ਹੈ ਨਾ ਉਹ ਸੱਚਖੰਡ ਦਾ ਸ਼ੁਰੂ ਹੋ ਜਾਂਦਾ ਹੈਗਾ, ਜਿਸ ਦੇ ਵਿੱਚ ਦੇਵ ਪੁਰਸ਼ੀ ਰੂਹਾਂ ਜੋ ਪੰਜ ਪਿਆਰੇ ਹੁੰਦੇ ਆ ਉਸ ਰੂਹ ਨੂੰ ਉਸ ਮੰਡਲ ਦੇ ਵਿੱਚ ਲੈ ਕੇ ਚਲੇ ਜਾਂਦੇ ਆ। ਪਰ ਜਿਹੜੀਆਂ ਦੂਸਰੀਆਂ ਰੂਹਾਂ ਹੁੰਦੀਆਂ ਜਿਹਨੂੰ ਅਸੀਂ ਦੁਸ਼ਟ ਆਤਮਾ ਕਹਿ ਦਿੰਦੇ ਹਾਂ, ਉਹ ਦੁਸ਼ਟ ਆਤਮਾ ਦੀ ਜਿਹੜੀ ਸਰਕਾਰ ਵਾਹਨ ਆ ਉਹ ਧਰਮਰਾਜ ਹੈਗੀ ਆ, ਅਤੇ ਧਰਮਰਾਜ ਜਿਹੜਾ ਹੈਗਾ ਉਹਦੇ ਕੋਲ ਪੂਰੇ ਅਖਤਿਆਰ ਆ ਕਿ ਉਸ ਦੁਸ਼ਟ ਆਤਮਾ ਨੂੰ ਜਿਸ ਤਰ੍ਹਾਂ ਦੀ ਉਹ ਮਰਜ਼ੀ ਸਜ਼ਾ ਦੇਵੇ ਉਸ ਸਜ਼ਾ ਨੂੰ ਫਿਰ ਕੋਈ ਰੋਕ ਨਹੀਂ ਸਕਦਾ। ਲੇਕਿਨ ਵਾਹਿਗੁਰੂ ਦੇ ਜੋ ਪਿਆਰੇ ਹੁੰਦੇ ਆ ਉਹਨਾਂ ਦੇ ਪਾਸ ਨਾਮ ਧੰਨ ਦੀ ਤਾਕਤ ਹੁੰਦੀ ਆ। ਉਹ ਨਾਮ ਧੰਨ ਦੀ ਤਾਕਤ ਦੇ ਨਾਲ ਜਿਵੇਂ ਰਾਜਾ ਜਨਕ ਜੀ ਹੋਏ ਆ, ਉਹਨਾਂ ਨੇ ਵੀ ਜਿਹੜੇ ਸੀ ਇਹ ਨਰਕਾਂ ਦੇ ਕੁੰਡ ਧਰਮਰਾਜ ਤੋਂ ਖਾਲੀ ਕਰਾਤੇ ਸੀਗੇ। ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਹੈ ਕਿ ਗਹਿਣੇ ਧਰੀਆਂ ਇੱਕ ਨਾਉ, ਪਾਪਾਂ ਨਾਲ ਕਰੇ ਨਿਰਜਾਸੀ, ਪਾਪ ਜਿ ਸੰਗ ਨਾਮ ਨਾ ਪੁੱਜ ਸੀ। ਕਹਿੰਦੇ ਵੀ ਨਾਮ ਦੇ ਬਰਾਬਰ ਪਾਪ ਨਹੀਂ ਸੀ ਪੁੱਜ ਸਕਦੇ, ਪਾਸੰਗ ਪਾਪ ਨਾ ਪੁੱਜ ਸੀ, ਗੁਰਮੁਖ ਨਾਉ ਉਹ ਤੁਲ ਨਾ ਤਲਾ ਸੀ। ਕਹਿੰਦੇ ਜਿਹੜਾ ਗੁਰਮੁਖ ਦਾ ਨਾਮ ਹੈ ਨਾ ਤੁਲ ਹੈ ਇਹ ਤੋਲਿਆ ਨਹੀਂ ਜਾ ਸਕਦਾ। ਜਾਵੇਂ ਭਾਵੇਂ ਆਪਾਂ ਇਹ ਜਿਹੜੀ ਹੈ ਨਾ ਗੱਲ ਹੈਗੀ ਕਿ ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀ ਉਹ ਵਿਵੇਕ, ਇੱਕ ਘੜੀ ਕੇ ਸਿਮਰਨ ਨੇ ਪਾਪੀ ਤਾਰੇ ਨੇਕ। ਸੋ ਕਹਿਣ ਤੋਂ ਭਾਵ ਹੈ ਕਿ ਇੱਕ ਘੜੀ ਦਾ ਸਿਮਰਨ ਵੀ ਇੱਕ ਅਗਰ ਮਨ ਚਿੱਤ ਸੁਰਤ ਲਾ ਕੇ ਵਾਹਿਗੁਰੂ ਦੇ ਨਾਲ ਉਸ ਪ੍ਰਾਣੀ ਜਿਹੜਾ ਕਰ ਲੈਂਦਾ ਹੈਗਾ ਅਤੇ ਉਹਨਾਂ ਦੀ ਫਿਰ ਬੰਧ ਖਲਾਸੀ ਜਿਹੜੀ ਉਹ ਹੋ ਜਾਂਦੀ ਆ। ਪਰ ਬੰਧ ਖਲਾਸੀ ਜਿਹੜੀ ਆ ਉਹ ਬਾਣੀ ਕਹਿੰਦੀ ਹੈ ਕਿ ਬੰਧ ਖਲਾਸੀ ਭਾਣੇ ਹੋਏ, ਕਿ ਜਿਹੜੀ ਬੰਧ ਖਲਾਸੀ ਹੈ ਨਾ ਉਦੋਂ ਹੁੰਦੀ ਆ ਜਦੋਂ ਵਾਹਿਗੁਰੂ ਨੂੰ ਉਹ ਜੀਵ ਆਤਮਾ ਪਾ ਜਾਂਦੀ ਹੈ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਇਹ ਜਿਹੜਾ ਜਮ ਲੋਕ ਹੈ ਜਿਹਦੇ ਵਿੱਚ ਇਹ ਦੁਸ਼ਟ ਆਤਮਾ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀਆਂ ਜਾਂਦੀਆਂ ਹੈਗੀਆਂ, ਇਹਦਾ ਡਰ ਜਿਹੜਾ ਹੈ ਨਾ ਇਹ ਹਰੇਕ ਦੇ ਮਨ ਦੇ ਵਿੱਚ ਸੁਭਾਵਿਕ ਹੀ ਹੁੰਦਾ ਹੈ। ਸੋ ਇਹ ਡਰ ਜੋ ਵਾਹਿਗੁਰੂ ਨੇ ਬਣਾਇਆ ਹੋ ਉਹ ਇਸੇ ਵਾਸਤੇ ਬਣਾਇਆ ਹੈ ਕਿ ਜੀਵ ਜਿਹੜਾ ਨਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਸ ਨਾਮ ਦੇ ਵਿੱਚ ਜੁੜ ਸਕੇ, ਉਸ ਭਜਨ ਸਿਮਰਨ ਦੇ ਵਿੱਚ ਜੁੜ ਸਕੇ। ਅਗਰ ਉਹ ਜੁੜ ਜਾਏਗਾ ਤਾਂ ਆਪਣੇ ਮੂਲ ਨੂੰ ਪਛਾਣ ਲਏਗਾ, ਤਾਂ ਉਹਦਾ ਮੂਲ ਕੀ ਹੈ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਤਾਂ ਫਿਰ ਇਹ ਜੀਵ ਆਤਮਾ ਆਪਣੇ ਨਿੱਜ ਘਰ ਦੇ ਵਿੱਚ ਚਲੀ ਜਾਏਗੀ ਜਿੱਥੇ ਸਦਾ ਹੀ ਖੁਸ਼ੀ, ਸਦਾ ਹੀ ਹਲਾਰੇ, ਸਦਾ ਹੀ ਆਨੰਦ, ਸਦਾ ਹੀ ਬੇਪਰਵਾਹੀ, ਸਦਾ ਹੀ ਖੇੜੇ ਜਿਹੜੇ ਆ ਇਸ ਜੀਵ ਆਤਮਾ ਨੂੰ ਪ੍ਰਾਪਤ ਹੋ ਜਾਣਗੇ। ਸੋ ਇੰਨੇ ਬਚਨਾਂ ਦੇ ਨਾਲ ਦਾਸ ਖਿਮਾ ਦਾ ਜਾਚਕ ਹੈ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।